इधर आओ। प्लांट लाने से पहले सबसे पहले तो आड़ियाँ रा वाटर दी टेंकियाँ फुल होनी पानी ना भरियां फुल होनी चाहिए भरियां होनी चाहिए। हां जी ठीक है। हां जी तो बाद ਤੁਸੀਂ ਇਹ ਵਾਲ ਜਿਹੜਾ ਪਾਣੀ ਵਾਲਾ ਫਿਲਟਰ ਨੂੰ ਜਾਂਦਾ ਜਿਹੜਾ ਤੇ ਪਹਿਲਾਂ ਖੋਲਣਾ ਹੈ ਇਹਨੂੰ ਪਹਿਲੇ ਖੋਲ ਲੈਣਾ ਪਲਾਂਟ ਚਲਾਉਣ ਤੋਂ ਪਹਿਲੇ। ਠੀਕ ਹੈ ਠੀਕ ਹੈ। ਹਾਂਜੀ ਉਸ ਤੋਂ ਬਾਅਦ ਤੁਸੀਂ ਇਹਦੀ ਕਰਨੀ ਹੈ ਬੈਕ ਵਾਸ਼। ਬੈਕ ਵਾਸ਼ ਕਰਨ ਵਾਸਤੇ ਇਹ ਬੈਕ ਵਾਸ਼ ਦਾ ਪੀਪਾਂ ਦਾ ਬਟਨ ਆ। ਹਾਂਜੀ ਠੀਕ ਹੈ। ਹਾਂਜੀ ਇਹਨੂੰ ਆਨ ਤੁਸੀਂ ਵਾਸ਼ ਕਰਨਾ ਸਭ ਤੋਂ ਪਹਿਲੇ ਤੁਸੀਂ ਇਹਨੂੰ ਫਿਲਟਰ ਨੂੰ ਬਾਅਦ ਉਹ ਪਰਲੀ ਵੈਸਨ ਜਿਹੜੀ ਆ ਹਾਂਜੀ ਸੈਂਡ ਵਾਲੀ। ਠੀਕ ਹੋ ਗਿਆ। ਠੀਕ ਹੈ ਇਹਨੂੰ ਲੈ ਜਾਣਾ ਤੁਸੀਂ ਵਾਸ਼ਿੰਗ ਤੇ। ਵਾਸ਼ਿੰਗ ਤੇ ਠੀਕ ਹੋ ਗਿਆ। ਇੱਧਰ ਵਾਸ਼ਿੰਗ ਹੈਗੀ ਆ। ਹਾਂਜੀ ਉੱਤੇ ਲਿਖਿਆ ਹੋਇਆ। ਠੀਕ ਆ। ਹਾਂਜੀ ਲਿਖਿਆ ਇਹਨੂੰ ਤੁਸੀਂ ਇੱਥੇ ਲੈ ਕੇ ਤੇ ਫੀਡ ਪੰਪ ਤੁਸੀਂ ਚਲਾ ਲੈਣਾ। ਠੀਕ ਹੋ ਗਿਆ। ਠੀਕ ਆ। ਹਾਂਜੀ ਫੀਡ ਪੰਪ ਚਲਾਉਣ ਤੋਂ ਬਾਅਦ ਤੁਸੀਂ 20 ਮਿੰਟ ਇਹਨੂੰ ਚੱਲਦਾ ਰਹਿਣਾ। 20 ਮਿੰਟ ਚੱਲਣਾ। ਹਾਂਜੀ ਚੱਲਣ ਤੋਂ ਬਾਅਦ ਇਹਨੂੰ ਤੁਸੀਂ ਬੰਦ ਕਰ ਲੈਣਾ। ਹਾਂਜੀ ਠੀਕ ਹੈ। ਫਿਰ ਇਹਨੂੰ ਸੈਂਟਰ ਚ ਕਰ ਲੈਣਾ। ਇਹਨੂੰ ਤੁਸੀਂ ਸੈਂਟਰ ਚ ਕਰ ਲੈਣਾ। ਹਾਂਜੀ ठीक है। ठीक हो गया। फिर 5 मिनट चलाना। फिर ਤੁਸੀਂ ਇਹਨੂੰ ਚਲਾਉਣਾ 5 5 ਮਿੰਟ। ਹਾਂ ਠੀਕ ਹੈ। 5 ਮਿੰਟ ਤੋਂ ਬਾਅਦ ਤੁਸੀਂ ਫਿਰ ਬੰਦ ਕਰ ਲੈਣਾ। ਬੰਦ ਕਰ ਫਿਰ ਇਹਨੂੰ ਫਿਰ ਵਾਸ਼ਿੰਗ ਤੇ ਲਾਉਣਾ 5 ਮਿੰਟ। ਦੁਬਾਰਾ ਬੈਕ ਵਾਸ਼ ਤੇ ਲਾ ਜਾਣਾ। ਹਾਂਜੀ ਠੀਕ ਹੈ। ਹਾਂਜੀ ਬੈਕ ਵਾਸ਼ ਤੇ ਦੁਬਾਰਾ ਫਿਰ ਤੁਸੀਂ 5 ਮਿੰਟ ਚਲਾਓਗੇ। ਹਾਂਜੀ ਠੀਕ ਹੈ। ਚਲਾਉਣ ਤੋਂ ਬਾਅਦ ਤੁਸੀਂ ਨਾਰਮਲ ਤੇ ਲੈ ਆਵਾਂ ਫਿਲਟਰ ਤੇ। ਫਿਲਟਰ ਤੇ ਲੈ। ਫਿਰ ਇਸੇ ਤਰ੍ਹਾਂ ਹੀ ਦੂਸਰਾ ਫਿਲਟਰ ਕਰਨਾ ਅੱਧਾ ਘੰਟਾ। ਇਸੇ ਤਰ੍ਹਾਂ ਹੀ ਤੁਸੀਂ ਦੂਸਰੇ ਫਿਲਟਰ ਦੀ ਬੈਕ ਵਾਸ਼ ਕਰਨੀ। ਅੱਧਾ ਘੰਟਾ ਉਹਦੀ ਹੋ ਜਾਏਗੀ। ਅੱਧਾ ਘੰਟਾ ਉਹਦੀ ਦੋ ਦੂਸਰੇ ਦੀ ਹੋ ਜਾਏਗੀ। ਹੋ ਜਾਏਗੀ ਠੀਕ ਹੋ ਘੰਟਾ ਹੋ ਜਾਏਗੀ। ਅੱਜ ਤਾਂ ਹੋ ਗਈ ਹੈ ਨਾ ਹੁਣ। ਹਾਂਜੀ ਅੱਜ ਹੋ ਗਈ। ਡੇਲੀ ਕਰਨੀ ਹੈ ਤੁਸੀਂ ਚਲਾਉਣ ਤੋਂ ਪਹਿਲੇ। ਠੀਕ ਹੋ ਸੁਬਾ ਦੇ ਟਾਈਮ। ਠੀਕ ਫਿਰ ਤੁਸੀਂ ਪਲਾਂਟ ਨੂੰ ਚਲਾਉਣਾ ਕਿਸੇ ਚੀਜ਼ ਨੂੰ ਨਹੀਂ ਤੁਸੀਂ ਛੇੜਨਾ। ਠੀਕ ਆ। ਪਲਾਂਟ ਤੁਸੀਂ ਇਹ ਫੀਡ ਪੰਪ ਚਲਾ ਲਿਆ। ਜੈਸੇ ਹੀ ਤੁਸੀਂ ਫੀਡ ਪੰਪ ਚਲਾਓਗੇ ਫੀਡ ਪ੍ਰੈਸ਼ਰ ਦੀ ਸੂਈ ਵੀ ਉੱਪਰ ਆ ਜਾਏਗੀ। ਮੀਡੀਆ ਆਊਟ ਦੀ ਸੂਈ ਵੀ ਉੱਪਰ ਆ ਜਾਏਗੀ। ਠੀਕ ਹੈ। ਅਗਰ ਇਹ ਸੂਈਆਂ ਉੱਪਰ ਨਹੀਂ ਆਉਂਦੀਆਂ ਤੁਸੀਂ ਫੌਰਨ ਸਮਝ ਜਾਣਾ ਕਿ ਪਿੱਛੋਂ ਪਾਣੀ ਨਹੀਂ ਆ ਰਿਹਾ। ਪਾਣੀ ਨਹੀਂ ਆ ਰਿਹਾ ਬੰਦ ਪ੍ਰੈਸ਼ਰ ਦਾ ਜਾਂ ਵਾਲਵਾਂ ਦਾ ਜਾਂ ਟੈਂਕੀਆਂ ਦੇ ਵਿੱਚ ਪਾਣੀ ਘੱਟ ਹੈ। ਠੀਕ ਹੈ। ਜੇ ਅਗਰ ਇਦਾਂ ਦਾ ਕੋਈ ਮਸਲਾ ਹੋਵੇ ਤਾਂ ਤੁਸੀਂ ਫੌਰਨ ਇਹਨੂੰ ਬੰਦ ਕਰ ਦੇਣਾ। ਚਲਾਉਣਾ ਨਹੀਂ ਆਪਾਂ ਪ੍ਰੈਸ਼ਰ ਪੰਪ ਨਹੀਂ ਚਲਾਉਣਾ। ਠੀਕ ਹੈ। ਕਿਉਂਕਿ ਅਗਰ ਤੁਸੀਂ ਇਹਨੂੰ ਚਲਾਓਗੇ ਬਗੈਰ ਪਾਣੀ ਤੋਂ ਤਾਂ ਉਹੀ ਮਸਲਾ ਬਣੇਗਾ ਤੇ ਜਿਹੜਾ ਜਿਹੜੀਆਂ ਫਟੀਆਂ ਪ੍ਰੈਸ਼ਰ ਨਾਲ ਫੜਦੀਆਂ ਨਾ ਫਿਰ। ਹਾਂਜੀ ਪ੍ਰੈਸ਼ਰ ਸਹੀ। ਉਸ ਤੋਂ ਬਾਅਦ ਤੁਹਾਡੀ ਤਸੱਲੀ ਹੋ ਗਈ ਹੈ ਪਾਣੀ ਆ ਗਿਆ ਆਊਟ ਦੇ ਵਿੱਚ ਵੀ ਪਾਣੀ ਆ ਗਿਆ। ਹਾਂ ਇਹਨੇ 'ਚ ਵੀ ਆ ਗਿਆ ਅਤੇ ਤੁਸੀਂ ਫਿਰ ਪ੍ਰੈਸ਼ਰ ਪੰਪ ਲਾ। ਠੀਕ ਆ। ਠੀਕ ਹੈ। ਮੈਂ ਤੁਹਾਡਾ ਪਲਾਨ ਚੱਲ ਰਿਹਾ 20 ਲੀਟਰ ਤੁਹਾਡੀ ਪ੍ਰੋਡਕਟ ਆ ਰਹੀ ਹੈ ਪਰ ਮਿੰਟ ਔਰ 20 ਲੀਟਰ ਤੁਹਾਡੀ ਰਿਜੈਕਸ਼ਨ ਆ ਰਹੀ। ਰਿਜੈਕਸ਼ਨ ਆ ਰਹੀ। ਠੀਕ ਹੈ। ਆਸਾ ਆਸਾ ਘੱਟ ਕੇ ਹੋ ਜਾਂਦਾ 200 ਤੇ ਆ ਜਾਂਦਾ। ਅੱਗੇ ਤਾਂ 1200 ਤੋਂ ਵੀ ਥੱਲੇ ਆਉਂਦੀ ਸੀ। ਜੋ ਤੁਸੀਂ ਪਲਾਂਟ ਬੰਦ ਕਰਨਾ ਵਾ ਹਾਂਜੀ ਪਹਿਲੇ ਪ੍ਰੈਸ਼ਰ ਪੰਪ ਬੰਦ ਕਰ ਲਓ ਫਿਰ ਫੀਡ ਪੰਪ। ਫੀਡ ਪੰਪ ਇਸੇ ਤਰ੍ਹਾਂ ਹੀ ਕਰੀਦਾ। ਠੀਕ ਹੋ ਗਿਆ। ਹੁਣ ਤੁਸੀਂ ਇਹਨੂੰ ਚਲਾ ਲਓ ਚਲਾਓ। ਇੱਕ ਵਾਰ ਟੈਂਕੀਆਂ ਭਰਦੇ ਹਾਂ ਫਿਰ ਇਹਨੂੰ ਚਲਾਉਂਦੇ।